ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਅਤੇ ਆਹ ਵੀਡੀਓ 'ਚ ਗੱਲ ਕਰਨੀ ਹੈ ਜੌਨ ਡੀਅਰ 5550E ਹੈ ਜਿਹੜਾ, ਇਹ ਰੋਟਰੀ ਪੰਪ 'ਚ ਆਏ ਜਿਹੜੇ ਪਹਿਲਾਂ ਵਾਲੇ ਮਾਡਲ ਸੀ ਆਪਣੇ ਜੌਨ ਡੀਅਰ ਦੇ। ਅਤੇ ਇੱਕ ਨਾ ਵੀਰ ਕਾਫੀ ਸਵਾਲ ਪੁੱਛਦੇ ਹੁੰਦੇ ਆ ਕਿ ਜਿਹੜਾ ਹੋਲੈਂਡ ਆਉਂਦਾ ਆਪਣਾ ਐਡੀਸ਼ਨ, ਉਹਦੀ ਨਾ ਕੇਮ ਚੇਂਜ ਹੁੰਦੀ ਹੈ। ਅਤੇ ਮੈਂ ਪਹਿਲਾਂ ਵੀਡੀਓ ਵੀ ਕਰੀ ਸੀ ਕਿ ਜੌਨ ਡੀਅਰ ਦੀ ਕੇਮ ਵਿੱਚ ਫਰਕ ਹੁੰਦਾ, ਇਹਦੀ ਕੇਮ ਵੀ ਚੇਂਜ ਹੋ ਜਾਂਦੀ ਹੈ, ਪਰ ਕਈ ਵੀਰ ਨੇ ਉਦੋਂ ਨਾ ਇੱਕ ਕੁਐਸਚਨ ਕੀਤਾ ਸੀ ਕਿ ਜੌਨ ਡੀਅਰ ਦੀ ਕੇਮ ਦਾ ਫਰਕ ਨਹੀਂ ਹੁੰਦਾ। ਅਤੇ ਅੱਜ ਦੀ ਵੀਡੀਓ ਤੁਹਾਨੂੰ ਮੈਂ ਫਰਕ ਦਿਖਾਉਣਾ, ਜਿਹੜੀ 5550 'ਚ ਕੇਮ ਆਈ ਸੀ 53.5 ਹੁਣ ਆਉਂਦੀ ਹੈ, 53 ਰਸ 'ਚ ਆਉਂਦੀ ਹੈ ਟਰਬੋ ਵਾਲਿਆਂ 'ਚ, ਜਿਹੜੀ LT ਦੀ ਕੇਮ ਹੈ ਯਾਨੀ ਕਿ ਨੌਨ ਟਰਬੋ ਵਾਲੀ, ਉਹਦੇ ਵਿੱਚ ਫਰਕ ਕੀ ਹੈ ਤੁਹਾਨੂੰ ਦਿਖਾਵਾਂਗੇ। ਆਪਣਾ ਮਿਸਤਰੀ ਸਾਹਿਬ ਆਪਣੇ ਆਹ ਸੀ, ਅਤੇ ਆਹ ਦਿਖਾ ਦਈਏ ਪਹਿਲਾਂ ਜੌਨ ਡੀਅਰ 5550 ਉਹ ਬਈ ਇਹਦੀ ਸ਼ੋਅ, ਠੀਕ ਹੈ ਜੀ। ਅਤੇ ਸੂਈ ਤਾਂ ਸਾਰੀ ਚੱਕੀ ਜਾਂਦੇ ਆ, ਹੁਣ ਪਤਾ ਨਹੀਂ ਕੀ ਪ੍ਰੋਬਲਮ ਹੈ। ਅਤੇ ਆਹ ਮਾਈਕੋ ਪੰਪ ਕਰਤਾ, ਠੀਕ ਹੈ ਜੀ ਇਹਨੂੰ। ਅਤੇ ਹੁਣ ਆਪਾਂ ਫਰਕ ਦੇਖਣਾ ਕੇਮ ਦਾ, ਅਤੇ ਮੇਨ ਜਿਹੜਾ ਫਰਕ ਕੇਮ ਦਾ ਉਹ ਕਿੱਥੇ ਜੀ ਦੱਸ, ਹੁਣ ਕਿੱਥੇ ਆ ਫਰਕ ਮੇਨ? ਆਹ ਚੀਜ਼ LT ਦੀ ਕੇਮ ਹੈ, ਇਹਦੇ ਵਿੱਚ ਆਹ ਟੋਮ ਨਹੀਂ ਹੈ, ਇਹਦੇ ਵਿੱਚ ਹੈ ਨਹੀਂ ਗੀ ਜਿਹੜੀ ਇਹਦੀ ਹੈਗੀ ਨਾ ਆਪਣੇ, ਜਿਹੜੀ ਹੁਣ ਇੱਕ ਜਿਹੜੀ ਹੁਣ ਹੋਲੈਂਡ ਦੀ ਮੇਨ ਫਰਕ ਉਹਦਾ, ਉਹਦੇ ਨਾਲ ਹੋਲੈਂਡ ਦੀ ਸਟ੍ਰੋਕ ਬਣੀ ਹੁੰਦੀ ਇੱਥੇ ਨਿੱਕੀ ਜੀ, ਪਰ ਜੌਨ ਡੀਅਰ ਦੀ ਕੇਮ ਵਿੱਚ ਸਟ੍ਰੋਕ ਹੈ ਨਹੀਂ ਗੀ ਇੱਥੇ। ਜਿਹੜਾ ਇਹਦਾ ਫਰਕ ਜਿਹੜੀ ਟੋਅ ਹੈ ਨਾ ਕੇਮ ਦੀ, ਆਹ ਟੋਅ ਦਾ ਫਰਕ ਹੈ, ਜਿਹੜੀ ਆਹ LT ਦੀ ਟੋਅ ਹੈ ਆਹ ਤਿੱਖੀ ਹੈ, ਇਹਦੀ ਗੋਲ ਹੈ ਟੋਅ, ਇਹ ਮਿਣ ਕੇ ਦਿਖਾਉਣੇ ਆ ਤੁਹਾਨੂੰ ਆਪਾਂ, ਹੁਣ ਮਿਣ ਕੇ ਦਿਖਾਉਂਦੇ ਆ। ਆਹ ਦੇਖੀ ਹੋਈ ਹੈ ਆਪਣੀ, ਆਹ LT ਦੀ ਮਿਣੀ ਵੀ ਹੈ, ਠੀਕ ਹੈ ਪਹਿਲਾਂ ਆਹ ਪੂਰੀ ਹੈਗੀ ਨਾ, ਆਹ ਵੇਖ ਲਓ ਇੰਨਾ ਕਮਾਈ ਮਾੜਾ ਇੱਕ ਵਾਰ, ਆਹ ਦੇਖੋ ਕਿੰਨਾ ਫਰਕ ਇੱਧਰ, ਹੁਣ ਇੰਨਾ ਫਰਕ, ਹੁਣ ਇੱਥੇ ਲਾਓ ਆਹ, ਅਤੇ ਆਹ ਦੇਖ ਲਓ ਇਹ ਜਮਾਂ ਨਾਲ ਲੱਗਦੀ ਹੈ। ਅਤੇ ਜੇ ਫਿਰ ਵੀ ਫਰਕ ਨਹੀਂ ਨਜ਼ਰ ਆ ਰਿਹਾ ਆਪਾਂ ਦੂਜੀ ਟੋਹ 'ਤੇ ਵੇਖ ਲੈਂਦੇ ਹਾਂ, ਆ ਫਿਰ ਜਮਾਂ ਚੇਕ, ਆਹ ਦੂਜੀ ਟੋਹ ਠੀਕ ਹੈ, ਆ ਰਹੀ ਇਹਦੇ ਬਾਅਦ ਇਹ ਨਾਲ ਚਿਪਦੀ ਹੈ ਜਮਾਂ, ਹੁਣ ਇਹਦੀ ਇਹਦੇ ਵਿੱਚ ਸਪੇਸ ਆਉਂਦਾ ਹਲਕਾ ਜਿਹਾ, MM ਥਾਊਜ਼ ਦੇ ਹਿਸਾਬ ਨਾਲ ਆਉਂਦਾ, MM ਦਾ ਵੀ ਨਹੀਂ ਇਹਦਾ, ਯਾਨੀ ਕੰਮ ਉਹੀ ਹੈ ਜਿਹੜਾ ਐਡੀਸ਼ਨ 'ਚ ਕੰਮ ਹੁੰਦਾ, ਯਾਨੀ ਕਿ ਕੋਈ ਵੀ ਟਰਬੋ ਟਰੈਕਟਰ ਆਊਗਾ ਜੀ ਇੰਟਰਨਲ ਈਜੀਅਰ ਵਾਲਾ, ਉਹਦੀ ਕੇਮ ਦਾ ਫਰਕ ਆਉਂਦਾ। ਪਹਿਲਾਂ ਅਸੀਂ ਵੀ ਨਹੀਂ ਮੰਨਦੇ ਸੀ ਕੇਮ ਦਾ ਫਰਕ ਹੈ ਨਹੀਂ ਗਾ, ਪਰ ਜਦੋਂ ਸੋਚਿਆ ਕਿ ਜੇ ਈਜੀਅਰ ਵਿੱਚ ਇੰਟਰਨਲ ਕੰਮ ਕਰਦਾ ਤਾਂ ਕੇਮ ਦਾ ਕਿਤੇ ਨਾ ਕਿਤੇ ਫਰਕ ਹੋਊਗਾ, ਠੀਕ ਹੈ। ਅਤੇ ਹੁਣ ਜੇ ਆਪਾਂ ਗੱਲ ਕਰੀ ਜੌਨ ਡੀਅਰ 53 ਰਸ ਜੀ, ਉਹਨੂੰ ਮੋਡੀਫਿਕੇਸ਼ਨ ਦੇਣੀ ਆਪਾਂ ਤਾਂ ਕੇਮ ਚੇਂਜ ਕਰਨੀ ਜ਼ਰੂਰੀ ਹੈ। ਜਿਹੜਾ ਧੂੰਆਂ ਮਾਰਨ ਦਾ ਰੀਜ਼ਨ ਹੈ ਉਹ ਵੀ ਕੇਮ ਦਾ ਹੀ ਹੈ, ਅਤੇ ਤੁਸੀਂ ਦੇਖਿਆ ਹੋਣਾ ਜਦੋਂ ਐਡੀਸ਼ਨ ਨੂੰ ਆਪਾਂ ਮੋਡੀਫਾਈ ਕਰਦੇ ਹਾਂ ਬਿਨਾਂ ਕੇਮ ਬਦਲੇ ਤਾਂ ਉਹ ਸਮੋਕ ਬਹੁਤ ਜ਼ਿਆਦਾ ਦਿੰਦਾ। ਅਤੇ ਜਿਹੜਾ ਮਿਸਤਰੀ ਨੂੰ ਮੋਡੀਫਾਈ ਕਰੂ ਉਹ ਵੀ ਮੇਨ ਗੱਲ ਇਹੀ ਕਹਿੰਦਾ ਕਿ ਪਹਿਲਾਂ ਕੇਮ ਬਦਲਣੀ ਜ਼ਰੂਰੀ ਹੈ, ਕਿਉਂਕਿ ਕੇਮ ਬਦਲੇ ਨਾਲ ਟਰੈਕਟਰ ਦਾ ਧੂੰਆਂ ਜਿਹੜਾ ਉਹ ਖਤਮ ਹੋ ਜਾਂਦਾ। ਲਾ ਲਓ ਕਿ ਜੇ 3 ਚੂੜੀਆਂ ਤੇਲ ਆਪਾਂ ਵਧਾ ਤੀਆਂ ਤਾਂ ਕੇਮ ਪਾ ਦਿੱਤੀ, ਟਰੈਕਟਰ ਦਾ ਧੂੰਆਂ ਉੱਥੇ ਹੀ ਰਹੂਗਾ। ਜੇ ਆਪਾਂ ਕੇਮ ਨਾ ਪਾਈ ਤਾਂ ਟਰੈਕਟਰ ਦਾ ਧੂੰਆਂ ਬਹੁਤ ਜ਼ਿਆਦਾ ਵੱਧ ਜਾਣਾ ਉਸ ਤੋਂ ਬਾਅਦ। ਅਤੇ ਕੇਮ ਬਦਲੇ ਨਾਲ ਇਹੀ ਫਾਇਦਾ, ਜਿਹੜਾ ਬਲਾਸਟ ਆ ਉਹ ਜ਼ਿਆਦਾ ਹੋਊਗਾ ਹੈੱਡ 'ਤੇ, ਯਾਨੀ ਕਿ ਜਿਹੜਾ ਏਅਰ ਟਰੈਕਟਰ ਨੂੰ ਜ਼ਿਆਦਾ ਮਿਲੂਗੀ ਇਹਦੇ ਨਾਲ, ਵਾਲਾਂ ਦਾ ਫਰਕ ਪੈ ਜਾਂਦਾ, ਉਹੀ ਇੰਟਰਨਲ ਈਜੀਅਰ ਕੰਮ ਕਰਨਾ ਬੰਦ ਕਰ ਦਿੰਦਾ। ਅਤੇ ਜੇ ਟਰੈਕਟਰ ਨੂੰ ਮੋਡੀਫਿਕੇਸ਼ਨ ਦੇਣੀ ਹੈ, ਨਹੀਂ ਵੀ ਦੇਣੀ ਤਾਂ ਇਕੱਲੀ ਕੇਮ ਚੇਂਜ ਹੋ ਜੇ, ਟਰੈਕਟਰ ਧੂੰਆਂ ਘਟਾ ਜੂਗਾ, ਸਾਦਾ ਹੋ ਜੂਗਾ, ਥੋੜ੍ਹਾ ਜ਼ੋਰ ਦਾ ਫਰਕ ਪਾ ਜੂਗਾ। ਜੇ ਨਾਲ ਪੰਪ ਮੋਡੀਫਾਈ ਕਰਾਂਗੇ ਆਪਾਂ ਤਾਂ ਪਾਵਰ ਤਾਂ ਵਧਣੀ ਵਧਣੀ ਹੈ, ਅਤੇ ਧੂੰਆਂ ਟਰੈਕਟਰ ਬਿਲਕੁਲ ਖਤਮ ਕਰ ਦੂਗਾ। ਤੁਸੀਂ ਦੇਖਿਆ ਹੋਣਾ ਜਿਹੜੀ ਡੀ ਸੀਰੀ ਹੈ ਜੌਨ ਡੀਅਰ ਦੀ, ਉਹ ਸਮੋਕ ਨਹੀਂ ਕਰਦੀ, ਡੀ ਸੀਰੀ ਤਾਂ ਹੀ ਸਮੋਕ ਕਰਦੀ ਹੈ ਆਹ ਕੇਮ ਕਰਕੇ, ਠੀਕ ਹੈ ਜੀ। ਇਹਨਾਂ ਦੀ ਕੇਮ ਚੇਂਜ ਹੋ ਜਾਂਦੀ, LT ਵਾਲੀ ਕੇਮ ਪਾ ਦਿਓ ਜਾਂ D ਵਾਲੀ ਕੇਮ ਪਾ ਦਿਓ, ਨੌਨ ਟਰਬੋ ਵਾਲੀ ਜਿਹੜੇ ਮਰਜ਼ੀ ਟਰੈਕਟਰ ਦੀ ਪਾ ਦਿਓ, 5630 ਜਿਹੜੀ ਦੀ ਮਰਜ਼ੀ, ਬਸ ਸਟ੍ਰੋਕਾਂ ਦਾ ਹੀ ਫਰਕ ਹੈ ਵਿੱਚ। ਇਹਦੇ ਆਹੀ ਵੀਰ ਪੁੱਛਦੇ ਸੀ ਕਿੱਥੇ ਫਰਕ ਹੈ ਕੇਮ ਦਾ, ਤੁਹਾਨੂੰ ਫਰਕ ਦੱਸਤਾ ਆਪਾਂ, ਟਾਈਮਿੰਗ ਵੀ ਉਹ ਸੇਮ ਹੀ ਰਹਿਣੀ ਆ, ਉਹੀ ਹੋਲਨ ਵਾਲਾ ਹਿਸਾਬ ਹੀ ਹੈ ਬਸ। ਯਾਨੀ ਕਿ ਜੌਨ ਡੀਅਰ ਹੋ ਗਿਆ, ਕੋਈ ਵੀ ਟਰੈਕਟਰ ਜਿਹੜਾ ਟਰਬੋ ਆਇਆ ਅੱਜ ਦੇ ਟਾਈਮ 'ਚ, ਉਹਦੀ ਇਹ ਕੇਮ ਚੇਂਜ ਆਪਾਂ ਛੋਟੇ ਮਾਡਲ ਦੀ ਪਾਵਾਂਗੇ ਨੌਨ ਟਰਬੋ ਵਾਲੀ, ਤਾਂ ਉਹਦੀ ਖਿਚਾਈ ਵਿੱਚ ਫਰਕ ਪੈਣਾ ਅਤੇ ਉਹਦੇ ਧੂੰਏ ਵਿੱਚ ਹੀ ਫਰਕ ਪੈ ਜਾਣਾ। ਜਦੋਂ ਆਹ ਟਰੈਕਟਰ ਕੀਤਾ ਮਾਈਕੋ ਪੰਪ, ਡੀਜ਼ਲ ਵੀ ਸਹੀ ਖਾਂਦਾ, 1.5 ਲੀਟਰ ਸਪਾਰਕ ਲਾ ਦਿੰਦਾ ਅਤੇ ਪਿੱਕ ਵੀ ਵਧਾ ਦਿੰਦਾ, ਆਹ ਟਰੈਕਟਰ ਨੌਨ ਟਰਬੋ ਕਰਤਾ, ਠੀਕ ਹੈ। ਇੰਜਨ ਇਹਦਾ ਕਰਤਾ 50 D ਵਾਲੇ V7 ਵਾਲੇ ਪਿਸਟਨ ਪਾ ਤੇ, ਠੀਕ ਹੈ। ਅਤੇ ਪੰਪ ਆਪਣਾ 5405 ਦਾ, ਠੀਕ ਹੈ, 5405 ਦਾ ਪੰਪ ਲਾ ਕੇ ਉਹਨੇ ਨੌਨ ਟਰਬ ਨੂੰ ਟਰਬੋ ਕਰਨਾ, ਉਦੋਂ ਬਾਅਦ ਪਰਫੋਰਮੈਂਸ ਚੈੱਕ ਕਰਾਵਾਂਗੇ। ਅਤੇ ਆਹ ਟਰੈਕਟਰ ਥੋੜ੍ਹੀ ਹੀਟਿੰਗ ਦੀ ਪ੍ਰੋਬਲਮ, ਬਾਕੀ ਹੈ ਕਿ ਸਾਰੇ ਟਰੈਕਟਰਾਂ ਵਿੱਚ ਹੀ ਪ੍ਰੋਬਲਮ ਆਈ ਜਾਂਦੀ ਹੀਟਿੰਗ ਦੀ, ਉਹ ਵੀ ਥੋੜ੍ਹੀ ਉਹ ਵੀ ਕੋਈ ਵਿੱਚ ਇਹਦੇ ਇਸ਼ੂ ਹੋਊਗਾ, ਉਹ ਵੀ ਚੈੱਕ ਕਰਕੇ ਜਾਂ ਓਕੇ ਹੋ ਜੂ, ਉਦੋਂ ਬਾਅਦ ਟੈਸਟਿੰਗ ਦੀ ਵੀਡੀਓ ਪਾਵਾਂਗੇ, ਠੀਕ ਹੈ ਜੀ ਆਪਾਂ, ਤਾਂ ਉਦੋਂ ਤੁਹਾਨੂੰ ਸਾਰੀ ਵੀਡੀਓ ਆਪਾਂ ਦੇਵਾਂਗੇ, ਠੀਕ ਹੈ ਜੀ। ਤਾਂ ਅੱਜ ਦੀ ਵੀਡੀਓ ਇਹੀ ਸੀ, ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰ ਦੇਣਾ, ਚੈਨਲ ਨੂੰ ਕਰਨਾ ਸਬਸਕ੍ਰਾਈਬ, ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ।